ਦਾਸ ਤਿੰਨ ਬਾਪ ਸੱਤ ਹੈ ਤੋਂ ਇੱਕ ਹੈ ਤੱਕ ਆਦਮ ਤੇ ਹਵਾ ਬਾਗੇਦਨ ਚ ਨੇ ਖੁਦਾ ਨੇ ਬਾਗ ਵਿੱਚ ਰਹਿਣ ਲਈ ਤੇ ਸਾਰੇ ਫਲ ਖਾਣ ਲਈ ਇਹਨਾਂ ਨੂੰ ਆਖਿਆ ਤੇ ਆਖਿਆ ਵੀ ਆਹ ਇੱਕ ਫਲ ਜਿਹੜਾ ਹੈ ਇਹ ਨਾ ਖਾਇਓ ਜਿੱਦਣ ਖਾਓਗੇ ਮਰ ਜਾਓਗੇ ਪਰ ਇਹ ਵਾਸਨਾ ਹੈ ਸ਼ੈਤਾਨ ਤੇ ਉਹਦੀ ਕੁਦਰਤ ਦੇ ਆਖੇ ਲੱਗ ਗਏ ਇਹਨਾਂ ਫਲ ਖਾਧਾ ਖੁਦਾ ਨਾਰਾਜ਼ ਹੋਇਆ ਆਵਾਜ਼ ਮਾਰੀ ਆਦਮਾ ਤੂੰ ਕਿੱਥੇ ਹੈ ਆਦਮ ਨੇ ਆਖਿਆ ਵੀ ਮੈਂ ਲੁਕਿਆ ਕਿਉਂ ਨੰਗਾ ਵਾਂ ਕਿਹਨੇ ਆਖਿਆ ਫਲ ਤੇ ਨਹੀਂ ਖਾਧਾ ਜਿਹੜੀ ਹਵਾ ਮੈਨੂੰ ਦਿੱਤੀ ਆ ਉਹਨੇ ਮੈਨੂੰ ਫਲ ਖਵਾਇਆ ਸੀ ਇਸ ਤਰ੍ਹਾਂ ਕਰਕੇ ਉਹਨੇ ਗੁਨਾਹ ਮੰਨਿਆ ਫਿਰ ਹਵਾ ਨੇ ਫਿਰ ਸੱਪ ਨੇ ਤਿੰਨਾਂ ਜਣਿਆਂ ਨੂੰ ਲਾਈਨ 'ਚ ਖੜਾ ਕੀਤਾ ਤੇ ਵਾਰੀ ਵਾਰੀ ਲਾਂਤਾਂ ਦਿੱਤੀਆਂ ਤੇ ਬਾਗੇ ਅਦਮ 'ਚੋਂ ਬਾਹਰ ਕੱਢ ਦਿੱਤਾ ਇਹਦੇ 'ਚ ਸੁਣਨ ਵਾਲਿਆਂ ਲਈ ਇਹ ਸਬਕ ਆ ਭਈ ਜਦੋਂ ਆਦਮੀ ਗੁਨਾਹ ਕਰ ਲੈਂਦਾ ਉਹ ਸ਼ਰਮਿੰਦਾ ਪੈ ਜਾਂਦਾ ਤੇ ਫਿਰ ਉਹ ਨਾ ਖੁਦਾ ਦੇ ਸਾਹਮਣੇ ਤੇ ਨਾ ਇਨਸਾਨਾਂ ਦੇ ਸਾਹਮਣੇ ਠਹਿਰ ਸਕਦਾ ਸੋ ਆਦਮ ਨੂੰ ਗੁਨਾਹ ਕਰਦਿਆਂ ਵੇਖੋ ਫਲ ਖਾਣ ਨਾਲ ਉਹਦੀਆਂ ਅੱਖਾਂ ਖੁੱਲੀਆਂ ਕਿਵੇਂ ਲੱਗਾਂ ਫਲ ਖਾਦਾ ਤੇ ਖੁੱਲੀਆਂ ਅੱਖੀਆਂ ਆਤੇ ਨੰਗੇ ਨੰਗੇ ਹੋ ਗਏ ਸਿਉਂ ਕੇ ਲੁੰਗੀਆਂ ਗਲ ਵਿੱਚ ਪਾਈਆਂ ਆਤੇ ਨੈਣ ਉਹਨਾਂ ਦੇ ਰੋ ਗਏ ਮਿੱਠੀ ਆਵਾਜ਼ ਖੁਦਾ ਨੇ ਮਾਰੀ ਹੁਣ ਰੁੱਖਾਂ ਓਲੇ ਹੋ ਗਏ ਸ਼ਾਦ ਖੁਦਾ ਨੇ ਆਖਿਆ ਆਦਮ ਤੁਸੀਂ ਮੇਰੇ ਵੱਲੋਂ ਇਸ ਗੱਲ ਦੀ ਤਸਦੀਕ ਖੁਦਾਵੰਦੀ ਉਸ ਮਸੀਹਾਸੀ ਨੇ ਕੀਤੀ ਹੈ ਜਦੋਂ ਇੱਕ ਆਦਮੀ ਨੇ ਆਖਿਆ ਮੈਂ ਤੇਰੇ ਪਿੱਛੇ ਆਉਣਾ ਚਾਹੁੰਦਾ ਪਰ ਮੈਨੂੰ ਆਪਣਾ ਬਾਪ ਦਫ਼ਨ ਕਰ ਲੈਣ ਦੇ ਖੁਦਾਵੰਦ ਨੇ ਕਿਹਾ ਮੁਰਦਿਆਂ ਨੂੰ ਮੁਰਦੇ ਦਫ਼ਨ ਕਰਨ ਦੇ ਤੂੰ ਮੇਰੇ ਪਿੱਛੇ ਚੱਲਦੇ ਅੰਜੀਰ ਸੁਣਾ ਸੋ ਆਦਮ ਤੋਂ ਲੈ ਕੇ ਹੁਣ ਤੱਕ ਜਿੰਨੇ ਲੋਕ ਨੇ ਅਗਰ ਉਹ ਤੋਬਾ ਨਹੀਂ ਕਰ ਗਏ ਤੇ ਉਹ ਮਰ ਗਏ ਹੋਏ ਨੇ ਯਿਸੂ ਦੀ ਜ਼ਿੰਦਗੀ ਮਿਲਦੀ ਹੈ ਜਿਹੜਾ ਉਹਨੂੰ ਕਬੂਲ ਕਰਦਾ ਤੇ ਆਪਣੇ ਪਿਛਲੇ ਗੁਨਾਹਾਂ ਤੋਂ ਤੋਬਾ ਕਰਕੇ ਇੱਕ ਸੱਚਾ ਕਰਤਾਰ ਪੇਸ਼ ਕਰਦਾ ਸੋ ਮਰੇ ਹੋਏ ਲੋਕੀ ਇਸ ਮਰੇ ਹੋਏ ਆਦਮੀ ਦੀ ਕਹਾਣੀ ਗੀਤ ਸੁਣ ਖੁਦਾਵੰਦ ਜਿਹੜਾ ਠੰਡੇ ਵਕਤ ਚਾਹੁੰਦਾ ਸੀ ਉਹਨੇ ਆਵਾਜ਼ ਮਾਰੀ ਆਦਮਾ ਤੂੰ ਕਿੱਥੇ ਗਿਆ ਤੈਨੂੰ ਮੈਂ ਪੁਕਾਰਾਂ ਸੁਣਦਾ ਨਹੀਂ ਆਵਾਜ਼ ਮੇਰੀ ਤੈਨੂੰ ਆਵਾਜ਼ਾਂ ਮਾਰਾਂ ਆਦਮਾ ਤੂੰ ਕਿੱਥੇ ਗਿਆ ਆਦਮ ਕਿਉਂਕਿ ਨੰਗਾ ਹੈ ਆਵਾਜ਼ ਦਿੰਦਾ ਮੈਂ ਕਿਸ ਤਰ੍ਹਾਂ ਸਾਹਮਣੇ ਆਵਾਂ ਆਦਮ ਨੇ ਆਵਾਜ਼ ਦਿੱਤੀ ਦੁੱਖਾਂ ਵਿੱਚ ਰੋ ਕੇ ਕਿਵੇਂ ਮੈਂ ਜਵਾਬ ਦੇਵਾਂ ਸਾਹਮਣੇ ਖਲੋ ਕੇ ਲੁਕਿਆ ਮੈਂ ਨੰਗਾ ਹੋ ਕੇ ਲੁਕਿਆ ਮੈਂ ਨੰਗਾ ਹੋ ਕੇ ਅਰਦਾ ਕਿੰਨੇ ਤੈਨੂੰ ਦੱਸਿਆ ਨੰਗਾ ਏ ਤੂੰ ਆਦਮਾ ਫਲ ਤੇ ਨਹੀਂ ਖਾਦਾ ਜਿਹੜਾ ਮਨਾ ਕੀਤਾ ਆਦਮਾ ਆਸਮਾਨ ਉੱਤੋਂ ਡਿੱਗਾ ਆਸਮਾਨ ਉੱਤੋਂ ਕਿਵੇਂ ਮੈਂ ਖਲਾਰ ਸੁਣਦਾ ਨਹੀਂ ਆਵਾਜ਼ ਮੇਰੀ ਤੈਨੂੰ ਆਵਾਜ਼ਾਂ ਮਾਰ
ਆਦਮ ਨਾਲੇ ਰੋਂਦਾ ਤੇ ਨਾਲੇ ਆਖਦਾ ਜਿਹੜੀ ਬੀਵੀ ਮੈਨੂੰ ਦਿੱਤੀ ਆ ਉਹਨੇ ਹੀ ਆਖਿਆ ਸੀ ਤੇ ਮੈਂ ਖਾ ਲਿਆ ਮੇਰੀ ਪਸਲੀ ਸੀ ਨਾ ਕਿਸ ਤਰ੍ਹਾਂ ਮੋੜਦਾ ਐ ਮੈਨੂੰ ਪਤਾ ਨਹੀਂ ਸੀ ਵੀ ਗੁਨਾਹ ਮੈਂ ਉਹਦੀ ਗੱਲ ਚ ਆ ਗਿਆ ਤੇ ਮਾਫ ਕਰ ਬੈਠਾ ਬੀਵੀ ਜਿਹੜੀ ਦਿੱਤੀ ਮੈਨੂੰ ਉਹਨੇ ਪਹਿਲਾਂ ਖਾ ਲਿਆ ਫਿਰ ਉਹਨੇ ਦਿੱਤਾ ਮੈਨੂੰ ਮੈਂ ਵੀ ਫਲ ਖਾ ਲਿਆ ਪਸਲੀਏ ਮੇਰੀ ਹਵਾ ਪਸਲੀਏ ਮੇਰੀ ਹਵਾ ਮਨੋ ਨਾ ਵਸਾਰ ਸੁਣਦਾ ਨੀ ਆਵਾਜ ਮੇਰੀ ਤੈਨੂੰ ਵਾਜਾ ਆਪ ਨੂੰ ਪੁੱਛਿਆ ਬਈ ਤੂੰ ਮੇਰੇ ਪਿਆਰ ਦੀ ਗੱਲਾਂ ਭੁੱਲ ਗਈ ਹੈ ਮੈਂ ਤੇ ਬੜੇ ਸ਼ੌਕ ਨਾਲ ਤੁਹਾਨੂੰ ਦੋਵਾਂ ਨੂੰ ਰੱਖਿਆ ਸੀ ਤੇ ਤੂੰ ਸ਼ੈਤਾਨ ਦੀ ਗੱਲ ਚ ਆ ਕੇ ਤੇ ਮੇਰੀ ਇੱਜ਼ਤ ਭੁੱਲ ਗਈ ਹੈ ਚੰਗਾ ਨਹੀਂ ਕੀਤਾ ਔਰਤ ਨੂੰ ਆਖੇ ਰੱਬ ਚੋਰੀਆਂ ਤੂੰ ਕੀਤੀਆਂ ਭੁੱਲ ਗਈ ਹੈ ਗੱਲਾਂ ਸਭੋ ਪਿਆਰ ਨਾਲ ਕੀਤੀਆਂ ਗਿਆ ਸੱਪ ਮੇਰੀ ਜੜ੍ਹਾਂ ਚ ਬਹਿ ਗਿਆ ਉਹਨੇ ਮੈਨੂੰ ਗੱਲਾਂ ਦੱਸੀਆਂ ਤੇ ਮੈਂ ਉਹਦੀਆਂ ਗੱਲਾਂ ਚ ਆ ਗਈ ਹਾਂ ਮੈਨੂੰ ਪਤਾ ਨਹੀਂ ਸੀ ਪਾਪ ਹੈ ਤੇ ਮੇਰੀਆਂ ਅੱਖਾਂ ਖੁੱਲਣਗੀਆਂ ਪਰ ਮੈਂ ਪਾਪ ਨਹੀਂ ਕੀਤਾ ਪਾਪ ਮੇਰੇ ਕੋਲੋਂ ਕਰਵਾਇਆ ਗਿਆ ਸੱਪ ਮੇਰੀ ਜੜੀ ਬੈਠਾ ਉਹਨੇ ਸੀ ਪਲਾ ਲਿਆ ਉਹਨੇ ਸੀ ਵਖਾਇਆ ਫਲ ਤੋੜ ਕੇ ਮੈਂ ਖਾ ਲਿਆ ਸਪਨੇ ਪਲਾਈਆਂ ਗੱਲਾਂ ਸਪਨੇ ਪਲਾਈਆਂ ਗੱਲਾਂ ਪਲ ਚ ਹਜ਼ਾਰ ਸੁਣਦਾ ਨੀ ਆਵਾਜ ਮੇਰੀ ਤੈਨੂੰ ਵਾਜਾ ਨੇ ਦੋਵਾਂ ਦੀਆਂ ਗੱਲਾਂ ਸੁਣ ਲਈਆਂ ਦੋਵਾਂ ਦੇ ਨਾਲ ਸੱਪ ਨੂੰ ਵੀ ਖੜਿਆ ਕਰ ਲਿਆ ਤੇ ਫਿਰ ਤਿੰਨਾਂ ਨੂੰ ਲਾਂਘਤਾ ਰਹੇਗਾ ਬਈ ਤੁਸੀਂ ਆਪ ਨਾ ਕੀਤਾ ਤੇ ਆਹ ਤੁਹਾਡੀ ਸਜ਼ਾ ਹੈ ਸੱਪ ਨੂੰ ਰੱਬ ਨੇ ਲਾਂਘਤ ਦਿੱਤੀ ਤੇ ਤੂੰ ਪੇਟ ਦੇ ਬਲ ਚਲੇਗਾ ਸਿਰ ਕੁਚਲੇਗੀ ਨਸਲ ਔਰਤ ਦੀ ਤੇ ਤੂੰ ਉਹਦੀ ਅੱਡੀ ਨੂੰ ਕੱਟੇਗਾ ਦੁਸ਼ਮਣ ਹੋਵੇਗੀ ਦੁਨੀਆ ਤੇਰੀ ਸਾਰੀ ਉਮਰ ਜ਼ਮੀਨ ਚੱਟੇਗਾ ਆਖੇ ਸ਼ਾਦ ਤੂੰ ਅੱਗ ਵਿੱਚ ਪੈਣਾ ਕਿਆ ਤੂੰ ਇਹ ਕੀਤਾ ਹੈ ਤੇ ਤੇਰੀ ਇਹ ਸਜ਼ਾ ਹੈ ਤੂੰ ਸਾਰਿਆਂ ਛਪਾ ਚ ਮਲਾਉਣ ਠਹਿਰਿਆ ਤੂੰ ਮੇਰੇ ਪਿਆਰਿਆਂ ਦਾ ਖੂਨ ਕੀਤਾ ਹੈ ਇਸ ਲਈ ਤੇਰੀ ਕਦੀ ਗੱਲ ਨਾ ਸੁਣਾਂਗਾ ਤੈਨੂੰ ਅਥਾਗੜੇ ਚ ਪਾਵਾਂਗਾ ਅਦਾਲਤ ਪਾਏ ਦੇਣੀ ਤੂੰ ਆਪ ਦੀ ਸਜ਼ਾ ਰਹੇਗਾ ਸਾਰਿਆ ਚੁਪਾਇਆ ਵਿੱਚੋਂ ਹੋਇਆ ਮਲਾਉਣ ਤੂੰ ਮੇਰੇ ਪਿਆਰਿਆਂ ਦਾ ਕੀਤਾ ਅੱਜ ਖੂਨ ਤੂੰ ਸੁਣਾ
ਬਾਪ ਨੇ ਕਿਹਾ ਕਿਉਂਕਿ ਇਹਨੇ ਗੁਨਾਹ ਮੈਨੂੰ ਸਿਖਾਇਆ ਸੀ ਬਸ ਇਹਨੂੰ ਸਜ਼ਾ ਮਿਲ ਗਈ ਹੈ ਮੈਂ ਤੇ ਬਰੀ ਹਾਂ ਪਰ ਖੁਦਾ ਕਿਸੇ ਨੂੰ ਮਾਫ਼ ਨਹੀਂ ਕਰਦਾ ਨਾ ਸੱਪ ਨੂੰ ਨਾ ਹਵਾਤ ਨਾ ਆਦਮ ਤੇ ਨਾ ਹੀ ਹੁਣ ਤੱਕ ਨਬੀ ਪੈਗੰਬਰਾਂ ਦੇ ਸਾਨੂੰ ਵੀ ਜਿਹੜਾ ਪਾਪ ਕਰ ਲੈਂਦਾ ਅਗਰ ਉਹਦੀ ਮਾਫ਼ੀ ਉਹਨੂੰ ਮੌਤ ਤੋਂ ਪਹਿਲਾਂ ਨਹੀਂ ਮਿਲ ਜਾਂਦੀ ਤੇ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਅੱਗ ਹੀ ਸੜਦੀ ਰਹੇਗੀ ਆਖਿਆ ਫੇਰ ਔਰਤ ਨੂੰ ਰੱਬ ਨੇ ਨੀ ਤੂੰ ਕੀਤੀ ਨਾ ਫਰਮਾਨੀ ਨਾ ਮੰਨੀ ਤੂੰ ਆਦਮ ਦੀ ਕੋਈ ਤੇ ਨਾ ਮੇਰੀ ਬਾਤ ਤੂੰ ਮਾਨੀ ਜੱਗ ਵਿੱਚ ਤੇਰੀ ਨਾ ਫਰਮਾਨੇ ਆਤੇ ਪੈਂਦੀ ਰਹਿਣੀ ਕਹਾਣੀ ਸ਼ਾਦ ਤੂੰ ਮੇਰੀ ਯਾਦ ਨਾ ਰੱਖੀ ਜਿਹੜੀ ਕੀਤੀ ਹੈ ਮਿਹਰਬਾਨੀ ਕਿਆ ਹੈ ਔਰਤ ਤੂੰ ਸੱਪ ਦੀ ਮੰਨ ਲਈ ਹੈ ਸ਼ੈਤਾਨ ਦੀ ਮੰਨ ਲਈ ਹੈ ਤੇਰੀ ਆ ਸਜ਼ਾ ਆਈ ਹਾਕਮ ਤੇਰੇ ਤੇ ਤੇਰਾ ਖਾਮਦ ਬਣਾਵਾਂਗਾ ਵਕਤੇ ਪਦੈਸ਼ ਤੇਰੀ ਪੀੜ ਵਧਾਵਾਂਗਾ ਫਲ ਖਾਦਾ ਹਵਾ ਇੱਕ ਫਲ ਖਾਦਾ ਹਵਾ ਖੁਸ਼ੀਆਂ ਬਹਾਰ ਸੁਣਦਾ ਨੀ ਆਵਾਜ ਮੇਰੀ ਤੈਨੂੰ ਵਾਜਾ ਸ਼ਾਇਦ ਇਹ ਦੋਵੇਂ ਸਜ਼ਾਵਾਂ ਨੇ ਤੇ ਮੈਂ ਬਰੀ ਹਾਂ ਪਰ ਖੁਦਾ ਨੇ ਕਿਹਾ ਤੂੰ ਬੀਵੀ ਦੀ ਗੱਲ ਮੰਨੀ ਹੈ ਬਾਗ ਦਾ ਮੌਤ ਫਿਰ ਤੂੰ ਸੈਂ ਤੇ ਤੂੰ ਔਰਤ ਦੀਆਂ ਗੱਲਾਂ ਚਾਹਿਆ ਇਸ ਲਈ ਤੇਰੀ ਆਹ ਸਜ਼ਾਈ ਸੁਣ ਲੈ ਬੀਵੀ ਦੀ ਗੱਲ ਮੰਨ ਕੇ ਆਦਮ ਕਿਉਂ ਫਲ ਖਾਦਾ ਉਸ ਰੁੱਖ ਦਾ ਜਦ ਤੱਕ ਮਿੱਟੀ ਵਿੱਚ ਨਾ ਜਾਵੇ ਤੈਨੂੰ ਸਾਹ ਨਹੀਂ ਆਉਣਾ ਸੁੱਖ ਦਾ ਮੁੜਕੇ ਵਾਲੀ ਰੋਟੀ ਖਾਵੇ ਤੇਰਾ ਪੈਂਦਾ ਹੀ ਸਾਰਾ ਦੁੱਖ ਦਾ ਮੁਕਰ ਗਿਆ ਗੱਲ ਕਰਕੇ ਆਦਮ ਇਹ ਰਵਾਜ ਨਿਸ਼ਾਦ ਮੁਖ ਦਾ ਬੀਵੀ ਦੀ ਤੂੰ ਗੱਲ ਮੰਨੀ ਅਥਰੂ ਵਗਾਵੇਗਾ ਦੁੱਖਾਂ ਵਾਲੀ ਜਿੰਦ ਰੋਟੀ ਮੁੜਕੇ ਦੀ ਖਾਵੇਗਾ ਕੀਤਿਆਂ ਚ ਖੇਤਾਂ ਵਿੱਚ ਉੱਗਣਗੇ ਖੇਤਾਂ ਵਿੱਚ ਉੱਗਣਗੇ ਊਂਟ ਕੁਟਾਰ ਸੁਣਦਾ ਨਹੀਂ ਆਵਾਜ ਮੇਰੀ ਤੈਨੂੰ ਵਾਜਾ ਮਾਰ ਆਦਮਾ ਤੂੰ ਕਿੱਥੇ ਗਿਆ ਮੈਂ ਤੁਹਾਡੇ ਤੇ ਇੰਨਾ ਰਹਿਮ ਕਰਨਾ ਵਾ ਵੀ ਤੁਹਾਨੂੰ ਹੁਣ ਬਾਗ ਚ ਨੰਗਿਆਂ ਨਹੀਂ ਬਾਹਰ ਕਰਦਾ ਮੈਂ ਚਮੜੇ ਦੇ ਕੁੜਤੇ ਪਾਉਣਾ ਤੇ ਤੁਹਾਨੂੰ ਦੋਵਾਂ ਨੂੰ ਕੁਆਰ ਕੇ ਬਾਹਰ ਕੱਢਣਾ ਪਰ ਤੁਸੀਂ ਤੇ ਤੁਹਾਡੇ ਸਬਬੋਂ ਜ਼ਮੀਨ ਲਾਂਦੀ ਹੈ ਵਾਅਦਾ ਕਰਨਾ ਇੱਕ ਯਸੂ ਪੈਦਾ ਕਰਾਂਗਾ ਜਿਹੜਾ ਇਸ ਲਾਂਤ ਨੂੰ ਖਤਮ ਕਰੇਗਾ ਤੇ ਜਿਹੜਾ ਜਿਹੜਾ ਇਮਾਨ ਲਿਆਏਗਾ ਕਬੂਲ ਕਰੇਗਾ ਉਹਦੀ ਬਖਸ਼ਿਸ਼ ਹੋਏਗੀ ਨਹੀਂ ਤੇ ਤੁਸੀਂ ਗੁਨਾਹ ਤੇ ਗੁਨਾਹਗਾਰੀ ਜ਼ਮੀਨ ਹੈ ਤੇ ਸਭ ਪੈਦਾ ਹੋਣ ਵਾਲੇ ਗੁਨਾਹਗਾਰ ਹੋਣ ਆਦਮ ਨੇ ਬੀਵੀ ਵਾਲਾ ਨਾਮ ਹਵਾ ਰੱਖਿਆ ਚਮਦਾ ਲਬਾਸ ਪਾਇਆ ਨੰਗਿਆਂ ਨਾ ਰੱਖਿਆ
ਸ਼ਾਦ ਦਿਆ ਗੀਤਾਂ ਦੀਆਂ, ਸ਼ਾਦ ਦਿਆ ਗੀਤਾਂ ਦੀਆਂ ਪੈ ਗਈਆਂ ਪੁਕਾਰਾਂ। ਸੁਣਦਾ ਨਹੀਂ ਆਵਾਜ਼ ਮੇਰੀ ਤੈਨੂੰ ਵਾਜਾ ਮਾਰਾਂ, ਆਦਮਾ ਤੂੰ ਕਿੱਥੇ ਗਿਆ। ਖੁਦਾਵੰਦ ਦੇ ਬੰਦੇ ਇਬਰਾਹਿਮ ਨੇ ਕਿਹਾ ਭਈ ਵਿੱਚ ਕੁਛ ਰਾਸ਼ਟਰਵਾਦ ਸੜ ਜਾਣਗੇ। ਆਖਰੀ ਵਾਰੀ ਕਿਹਾ ਭਈ ਅਗਰ 10 ਉਹਦੇ ਵਿੱਚ ਰਾਸ਼ਟਰਵਾਦ ਹੋਣ ਤੇ ਮੈਂ ਛੱਡ ਦੇਣਾ, ਪਰ 10 ਵੀ ਨਹੀਂ ਸਨ। ਇਸ ਲਈ ਖੁਦਾ ਮਜਬੂਰ ਹੋਇਆ ਤੇ ਉਸ ਦੂਮ ਤੇ ਅਮੂਰਾਂ ਨੂੰ ਸਾੜੇ। ਸੋ ਇਹ ਹਵਾਲਾ ਵੀ ਗੀਤ ਸੁਣੀਏ। ਚੜਿਆ ਕਰ ਖੁਦਾ ਨੂੰ ਪਾਪੀਆਂ ਤੇ ਐਸ ਦੂਮ ਅਮੂਰਾ ਸੜਾਉਣ ਲੱਗਾ। ਨਬੀ ਲੂਤ ਤੇ ਬੇਟੀਆਂ ਉਹਦੀਆਂ ਨੂੰ ਬੀਵੀ ਉਸ ਦੀ ਨਾਲ ਬਚਾਉਣ ਲੱਗਾ। ਨਾਲ ਕਹਿਰ ਦੇ ਸ਼ਹਿਰਾਂ ਨੂੰ ਸਾੜ ਕੇ ਤੇ ਸਾਡੇ ਜਿਆਂ ਨੂੰ ਸਬਕ ਸੁਣਾਉਣ ਲੱਗਾ। 19 ਬਾਬ ਪਦੈਸ਼, 19 ਬਾਬ ਪਦੈਸ਼ ਤੇ ਐਤ ਪਹਿਲੀ ਸ਼ਾਦ ਗੀਤ ਬਣਾ ਕੇ ਗਾਉਣ ਲੱਗਾ। ਖੁਦਾਵੰਦ ਜਦੋਂ ਕਹਿਰ ਨਾਜ਼ਲ ਕਰਦੇ ਨੇ ਤੇ ਫਿਰ ਉਸ ਸ਼ਹਿਰ ਨੂੰ, ਉਸ ਖਾਨਦਾਨ ਨੂੰ, ਉਸ ਕੌਮ ਨੂੰ ਬਿਲਕੁਲ ਮਿਟਾ ਦਿੰਦੇ ਨੇ। ਕਲਾਂ ਚ ਲਿਖਿਆ, ਮੈਂ ਫਨਾ ਕੇ ਝਾੜੂ ਸੇ ਸਾਫ਼ ਕਰ ਦੂੰਗਾ। ਤੋ ਖੁਦਾ ਦਾ ਕਹਿਰ ਸਾੜਨ ਵਾਲਾ, ਤਬਾਹ ਕਰਨ ਵਾਲਾ, ਪਿਘਲਾ ਦੇਣ ਵਾਲਾ ਹੁੰਦਾ ਹੈ। ਸੋ ਉਹ ਸ਼ਹਿਰ ਜਿਹੜਾ ਬੜਾ ਖੂਬਸੂਰਤ ਸੀ, ਪਲਾਂ ਚ ਖਤਮ ਹੋ ਗਿਆ ਕਿਉਂਕਿ ਖੁਦਾਵੰਦ ਦਾ ਕਹਿਰ ਨਾਜ਼ਲ ਹੋ ਗਿਆ ਸੀ। ਮਿੱਟੀਆਂ ਸਦੂਮ ਤੇ ਅਮੂਰਾ ਦੀਆਂ ਗਲੀਆਂ, ਮਿੱਟੀਆਂ ਸਦੂਮ ਤੇ ਅਮੂਰਾ ਦੀਆਂ ਗਲੀਆਂ, ਭੱਜਦੇ ਆ ਰਹਿਣਾ ਨੂੰ ਤੇ ਲੂਤ ਜਿਆ ਬਲੀਆਂ, ਮਿੱਟੀਆਂ ਸਦੂਮ ਤੇ ਅਮੂਰਾ ਦੀਆਂ। ਸ਼ਹਿਰ ਦੇ ਫਾਟਕ ਤੇ ਬੈਠਾ, ਫਰਿਸ਼ਤੇ ਆਉਂਦੇ ਵੇਖੇ, ਜ਼ਿੱਦ ਕੀਤੀ, ਪਿਆਰ ਕੀਤਾ, ਘਰ ਲੈ ਗਿਆ, ਬਿਸਤਰਾ ਵਿਛਾਇਆ, ਪੈਰ ਤਵਾਏ, ਖਿਦਮਤ ਕੀਤੀ। ਪਰ ਸ਼ਹਿਰ ਦੇ ਲੋਕ ਇਹ ਸਮਝ ਕੇ ਕਿ ਕੋਈ ਬੰਦੇ ਨੇ ਉਹਦੇ ਘਰ ਦੇ ਦੁਆਲੇ ਡੇਰਾ ਲਾ ਲਿਆ ਕਿ ਬੰਦੇ ਬਾਹਰ ਕੱਢ, ਅਸੀਂ ਇਹਦੇ ਨਾਲ ਸੋਹਬਤ ਕਰੀਏ। ਸ਼ਾਮ ਵੇਲੇ ਲੂਤ ਕੋਲ ਬੰਦੇ ਆਏ ਰੱਬ ਦੇ, ਸ਼ਾਮ ਵੇਲੇ ਲੂਤ ਕੋਲ ਬੰਦੇ ਆਏ ਰੱਬ ਦੇ, ਸਾੜੇ ਜਾਣਾ ਤੂੰ ਸਾਏ ਸੁਨਿਆ ਆਏ ਰੱਬ ਦੇ, ਸੁਨਿਆ ਆਏ ਰੱਬ ਦੇ, ਕਹਿਰ ਦੀਆਂ ਤੂੰ ਸਾਤੇ ਹਵਾ ਮਾਇਆ ਜਿਵ ਚੱਲੀਆਂ, ਕਹਿਰ ਦੀਆਂ ਤੂੰ ਸਾਤੇ ਹਵਾ ਮਾਇਆ ਜਿਵ ਚੱਲੀਆਂ, ਭੱਜਦੇ ਆ ਰਹਿਣਾ ਨੂੰ ਤੇ ਲੂਤ ਜਿਆ ਬਲੀਆਂ, ਮਿੱਟੀਆਂ ਸ ਗਲੀਆਂ।
ਤੇ ਇਨਸਾਨ ਨੂੰ ਗੁਨਾਹ ਕਰਦੇ ਆ ਤੇ ਰਾਸਤਬਾਜ਼ੀ ਕਰਦੇ ਆ ਵੇਖ ਲੈਂਦਾ ਹੈ ਤੇ ਜਦੋਂ ਚਾਹੇ ਸਜ਼ਾ ਜਾਂ ਖੁਸ਼ੀਆਂ ਅਦਾ ਕਰਦਾ ਲੂਤੇ ਉਹਨਾਂ ਬੰਦਿਆਂ ਨੂੰ ਘਰ ਚ ਉਤਾਰਦਾ ਲੂਤੇ ਉਹਨਾਂ ਬੰਦਿਆਂ ਨੂੰ ਘਰ ਚ ਉਤਾਰਦਾ ਬਣ ਕੇ ਹਜੂਮ ਸਾਰਾ ਸ਼ਹਿਰ ਤੇਰੇ ਮਾਰਦਾ ਸ਼ਹਿਰ ਤੇਰੇ ਮਾਰਦਾ ਲੂਤ ਦੀਆਂ ਆੜ ਕੇ ਦਲੀ ਦਾ ਉਹਨਾਂ ਲੂਤ ਦੇ ਜ਼ਮਾਨੇ ਚ ਸਿਰਫ ਚਾਰ ਬਲਕਿ ਤ੍ਰੈ ਕਿਉਂਕਿ ਇੱਕ ਲੂਣ ਦਾ ਖੰਭਾ ਹੋ ਗਿਆ ਖੁਦਾ ਦੇ ਬੰਦੇ ਨੇ ਕਿਹਾ ਮੇਰੀਆਂ ਦੋ ਬੇਟੀਆਂ ਨੇ ਉਹ ਲੈ ਲਓ ਪਰ ਇਹਨਾਂ ਬੰਦਿਆਂ ਨੂੰ ਕੁਛ ਨਾ ਆਖੋ ਮੇਰੇ ਘਰ ਮਹਿਮਾਨ ਆਏ ਨੇ ਪਰ ਲੋਕਾਂ ਨੂੰ ਕੀ ਪਤਾ ਸੀ ਉਹ ਮਹਿਮਾਨ ਨੇ ਕਿ ਖੁਦਾ ਜਾਂ ਖੁਦਾ ਦੇ ਫਰਿਸ਼ਤੇ ਨੇ ਉਹ ਤੇ ਆਮ ਆਦਮੀ ਸਮਝਦੇ ਸਨ ਕਿਉਂਕਿ ਗੁਨਾਹ ਦੀ ਹੱਦ ਤੋਂ ਟੱਪ ਚੁੱਕੇ ਸਨ ਇਸ ਲਈ ਉਹਨਾਂ ਨਾਲ ਜ਼ਨਾਹ ਕਰਨਾ ਚਾਹੁੰਦੇ ਸਨ ਥੋੜੀ ਦੇਰ ਰਹਿਣਾ ਐਸਾ ਰੋਕ ਪਾਉਣਾ ਮੈਂ ਆਹ ਪਹਿਲੂ ਇਹਦੀ ਬੇਇੱਜ਼ਤੀ ਕਰੀਏ ਪਰ ਇਹ ਬੇਇੱਜ਼ਤੀ ਖੁਦਾ ਤੇ ਫਰਿਸ਼ਤੇ ਬਰਦਾਸ਼ਤ ਨਾ ਕਰ ਸਕੇ ਗੁਨਾਹਗਾਰ ਜਾਂ ਗੁਨਾਹ ਕਰਨ ਵਾਲੇ ਜਦੋਂ ਗੁਨਾਹ ਕਰਦੇ ਨੇ ਜਾਂ ਗੁਨਾਹ ਲਈ ਸੋਚਦੇ ਨੇ ਤੇ ਉਹ ਬੇਹੋਸ਼ ਹੁੰਦੇ ਨੇ ਮੁਸਰ ਬੇਟੇ ਲਈ ਲਿਖਿਆ ਵੀ ਉਹ ਫਿਰ ਹੋਸ਼ ਚ ਆਇਆ ਗੁਨਾਹ ਕਰਨ ਵੇਲੇ ਆਦਮੀ ਬੇਹੋਸ਼ ਹੁੰਦਾ ਤੇ ਜਦੋਂ ਗੁਨਾਹ ਕਰ ਲੈਂਦਾ ਫਿਰ ਹੋਸ਼ ਚ ਆ ਜਾਂਦਾ ਕਿ ਮੈਂ ਤਾਂ ਗੁਨਾਹ ਕਰ ਬੈਠਾ ਇਹ ਬੰਦੇ ਹੁਣ ਜ਼ਾਲਮਾਂ ਦੀ ਤਰ੍ਹਾਂ ਪਾਪੀਆਂ ਦੀ ਤਰ੍ਹਾਂ ਲੂਤ ਨੂੰ ਮਾਰਨ ਡਿਆ ਨੇ ਖੁਦਾ ਦੇ ਬੰਦਿਆਂ ਨੇ ਉਹਨਾਂ ਨੂੰ ਅੰਨਾ ਕਰਤਾ ਤੇ ਉਹਨਾਂ ਕੋਲ ਫੜਿਆ ਤੇ ਆਖਿਆ ਫਿਰ ਛੇਤੀ ਕਰ ਆਗ ਹੁਣ ਬਰਸਣ ਵਾਲੀ ਫੜ ਕੇ ਤੇ ਲੂਤ ਨੂੰ ਘਸੀਟਿਆ ਜ਼ਾਲਮਾਂ ਨੇ ਫੜ ਕੇ ਤੇ ਲੂਤ ਨੂੰ ਘਸੀਟਿਆ ਰੱਬ ਦਿਆ ਬੰਦਿਆਂ ਨੇ ਲੂਤ ਨੂੰ ਚਰੀਟਿਆ ਲੂਤ ਨੂੰ ਚਰੀਟਿਆ ਅੰਨੇ ਕਰ ਦਿੱਤੇ ਸਾਰੇ ਅੱਖੀਆਂ ਨੇ ਲੈ ਲਿਆ
ਅੰਨੇ ਕਰ ਦਿੰਦੇ ਸਾਰੇ ਅੱਖੀਆਂ ਨੇ ਲੈ ਲਿਆ ਵੱਜਦੇ ਆਰਣ ਨੂੰ ਤੈਨੂੰ ਜਿਆ ਬਲੀਆਂ ਮਿੱਟੀਆਂ ਸਰੂਮ ਦੇ ਅਮੂਰਾ ਦੀਆਂ ਗਲੀਆਂ ਖੁਦਾ ਜਿਹੜਾ ਸਭ ਕੁਛ ਵੇਖਣ ਡਿਆ ਸੀ ਖੁਦਾ ਨੇ ਵੇਖ ਲਿਆ ਕੋਈ ਆਦਮੀ ਗੁਨਾਹ ਤੋਂ ਬਾਜ਼ ਨਹੀਂ ਆਉਂਦੇ ਸਗੋਂ ਮੇਰੇ ਲੂਤ ਨੂੰ ਵੀ ਬੇਇੱਜ਼ਤ ਕਰਦੇ ਨੇ ਤੇ ਲੂਤ ਨੂੰ ਕਿਹਾ ਹੁਣ ਛੇਤੀ ਕਰ ਲੈ ਕੋਈ ਤੇਰਾ ਇੱਥੇ ਹੈ ਮਹਿਮਾਨ ਕੋਈ ਰਿਸ਼ਤੇਦਾਰ ਹੈ ਤੇ ਛੇਤੀ ਇਸ ਸ਼ਹਿਰ ਚ ਕੱਢ ਲੈ ਬਸ ਮੇਰੇ ਕਹਿਰ ਦੀ ਹੱਦ ਨਹੀਂ ਰਹੀ ਅੱਗ ਦੀਆਂ ਡਲੀਆਂ ਡਿੱਗਣ ਵਾਲੀਆਂ ਲੂਤ ਨੂੰ ਆਵਾਜ਼ ਆਈ ਛੇਤੀ ਛੇਤੀ ਕਰ ਦੋ ਬੇਟੀਆਂ ਤੇ ਉਹਦੀ ਬੀਵੀ ਗੱਲਾਂ ਸੁਣ ਸੁਣ ਕੇ ਹੈਰਾਨ ਹੋਏ ਪਰ ਲੋਕ ਨਾ ਹੈਰਾਨ ਹੋਏ ਲੋਕਾਂ ਕਿਹਾ ਤੁਸੀਂ ਝੂਠ ਮਾਰਦੇ ਹੋ ਅੱਗ ਇੰਨੇ ਸ਼ਹਿਰ ਤੇ ਨਹੀਂ ਡਿੱਗ ਸਕਦੀ ਖੁਦਾ ਸਾਡੇ ਤੋਂ ਨਾਰਾਜ਼ ਨਹੀਂ ਖੁਦਾ ਨੂੰ ਜਿਸ ਤਰ੍ਹਾਂ ਹੁਣ ਦੁਨੀਆ ਭੁੱਲ ਚੁੱਕੀ ਹੈ ਜਾਂ ਉਸ ਜ਼ਮਾਨੇ ਚ ਅਸਲ ਚ ਗੁਨਾਹ ਕਰਨ ਵਾਲੇ ਲੋਕ ਖੁਦਾ ਨੂੰ ਭੁੱਲਦੇ ਕਿਤੇ ਰਿਹਾ ਇਹ ਨੀ ਜਾਣਦੇ ਵੀ ਖੁਦਾ ਹੈ ਵੀ ਇੱਕ ਨਹੀਂ ਬੇਟੀਆਂ ਤੇ ਬੀਵੀ ਉਹਦੇ ਨਾਲ ਸੀ ਲੂਤ ਦੀਆਂ ਬੇਟੀਆਂ ਤੇ ਬੀਵੀ ਉਹਦੇ ਨਾਲ ਸੀ ਸੁਣ ਸੁਣ ਗੱਲਾਂ ਅੱਜ ਪਰੇਸ਼ਾਨ ਹਾਲ ਸੀ ਪਰੇਸ਼ਾਨ ਹਾਲ ਸੀ ਆਸਾਂ ਤੇ ਉਮੀਦਾਂ ਸਭੋ ਇੱਥੇ ਛੱਡ ਚੱਲੀਆਂ ਆਸਾਂ ਤੇ ਉਮੀਦਾਂ ਸਭੋ ਇੱਥੇ ਛੱਡ ਪਲਾਂ ਚ ਮਿਟ ਗਈਆਂ ਅੱਗ ਦੀਆਂ ਡਲੀਆਂ ਨੇ ਤੇ ਅੱਗ ਦੇ ਸਤੂਨਾਂ ਨੇ ਪਲਾਂ ਚ ਸ਼ਹਿਰ ਤਬਾਹ ਕਰ ਦਿੱਤਾ ਇਹ ਖੁਦਾਵੰਦ ਦਾ ਕਹਿਰ ਹੈ ਪਰ ਖੁਦਾਵੰਦ ਦੀਆਂ ਰਹਿਮਤਾਂ ਵੀ ਉਹਨਾਂ ਤੇ ਹੁੰਦੀਆਂ ਨੇ ਜਿਹੜੇ ਖੁਦਾਵੰਦ ਦਾ ਕਲਾਮ ਸੁਣਦੇ ਅਮਲ ਕਰਕੇ ਤੇ ਫਿਰ ਉਹਦੇ ਨਾਂ ਨੂੰ ਉਚਾਈ ਚ ਲੈ ਜਾਂਦੇ ਕਾਸ਼ ਕੇ ਇਹ ਕਹਾਣੀ ਸੁਣਨ ਵਾਲਿਆਂ ਲਈ ਬਿਹਤਰ ਸਾਬਤ ਹੋਏ ਔਰ ਖੁਦਾ ਦੇ ਜਲਾਲ ਲਈ ਫਾਇਦਾਮੰਦ ਹੋਏ।